ਪੈਨਸਿਲ ਦੇ ਹਿਲਣ ਤੇ ਘੁੰਮਣ ਨੇ ਸਾਇੰਸਦਾਨਾਂ ਨੂੰ 100 ਸਾਲਾਂ ਤੋਂ ਸੋਚ ਵਿੱਚ ਪਾਇਆ ਹੋਇਆ ਹੈ। ਤੁਹਾਨੂੰ ਇੱਕ ਰਬੜ ਵਾਲੀ ਪੈਨਸਿਲ, ਇੱਕ ਗੱਤੇ ਦੀ ਸ਼ੀਟ, ਇੱਕ ਪੈਨ ਦਾ ਰਿਫਿਲ ਤੇ ਕੁਝ ਹੋਰ ਯੰਤਰ ਚਾਹੀਦੇ ਹਨ। ਇੱਕ ਪੈਨਸਿਲ ਤੇ 5-6 ਨੋਚਿਸ ਬਣਾਓ। ਰਬੜ ਉੱਤੇ ਇੱਕ ਪਿੰਨ ਫਸਾਓ। ਉਸ ਪਿੰਨ ਵਿੱਚ ਗੱਤੇ ਦੀ ਸ਼ੀਟ ਦਾ ਪੱਖਾ ਪਾਓ ਤਾਂ ਜੋ ਪੱਖਾ ਆਸਾਨੀ ਨਾਲ ਘੁੰਮ ਸਕੇ। ਇੱਕ ਪਿੰਨ, ਪੈਨਸਿਲ ਰਬੜ ਦੇ ਪੱਖੇ ਨਾਲ ਲਗਾਓ। ਹੁਣ ਫਿਰਕੀ ਘੁੰਮਣ ਲਈ ਤਿਆਰ ਹੈ। ਬਾਲ ਪੈਨ ਦਾ ਸਿੱਕਾ ਲਵੋ, ਉਸ ਨੂੰ ਜ਼ੋਰ ਨਾਲ ਨੋਚਿਸ ਤੇ ਰਗੜੋ। ਪੱਖਾ ਹੈਰਾਨੀਜਨਕ ਤਰੀਕੇ ਨਾਲ ਚੱਲਣ ਲੱਗ ਜਾਵੇਗਾ। ਹੁਣ ਪੱਖੇ ਨੂੰ ਇੱਕ ਰੰਗੀਨ ਡਿਸਕ ਦੇ ਨਾਲ ਬਦਲ ਦਵੋ। ਨਿਊਟਨ ਦੀ ਡਿਸਕ ਘੁੰਮਦੀ ਨਜ਼ਰ ਆਏਗੀ।